ਸਿੱਖ ਨਿਊਜ਼ ਐਕਸਪ੍ਰੈਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਸਾਡੇ ਨਾਲ ਨੇ ਪਰਮਜੀਤ ਸਿੰਘ ਜੀ ਖੁਰਾਨਾ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਦਿੱਲੀ, ਜਿਨ੍ਹਾਂ ਤੋਂ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਮੌਜੂਦਾ ਸਿੱਖ ਸਿਆਸਤ ਦੇ ਵਿੱਚ ਜੋ ਹਲਚਲ ਹੋ ਰਹੀ ਹੈ, ਖਾਸ ਤੌਰ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜੋ ਕੁਛ ਅੱਜ ਕੱਲ੍ਹ ਵਾਪਰ ਰਿਹਾ ਹੈ, ਉਸ ਦੇ ਉੱਪਰ ਵੀ ਆਪਣੇ ਵਿਚਾਰ ਦੇਣਗੇ। ਸੋ ਆਓ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਫਤਿਹ ਨਾਲ ਸਾਂਝ ਪਾਈਏ। ਪ੍ਰਵਾਨੋ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਭਾਈ ਸਾਹਿਬ ਜੀ, ਜਿਹੜੀਆਂ ਆਉਣ ਵਾਲੀਆਂ ਚੋਣਾਂ ਨੇ, ਇਲੈਕਸ਼ਨ ਜਿਹੜੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ, ਉਸਦਾ ਮੇਨ ਮੁੱਦਾ ਕੀ ਰਹੇਗਾ ਅਤੇ ਇਸ਼ੂ ਕੀ ਹੋਣਗੇ? ਵੀਰ ਜੀ, ਜੋ ਆਉਣ ਵਾਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਹੈਗੇ ਨੇ, ਉਹਦੇ ਸਭ ਤੋਂ ਮੇਨ ਮੁੱਦਾ ਹੈਗਾ ਜੋ ਇਸ ਟਾਈਮ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਰਪਸ਼ਨ, ਭ੍ਰਿਸ਼ਟਾਚਾਰ ਹੋ ਰਿਹਾ, ਔਰ ਉਸ ਤੋਂ ਇਲਾਵਾ ਜੋ ਸਕੂਲਾਂ ਦਾ ਮਿਆਰ ਦਿਨ ਬ ਦਿਨ ਗਿਰਦਾ ਜਾ ਰਿਹਾ ਹੈ, ਟੀਚਰਾਂ ਨੂੰ ਸੈਲਰੀਆਂ ਨਾ ਮਿਲਣੀਆਂ, ਲੰਗਰ 'ਤੇ ਲੰਗਰ ਲਗਾਈ ਜਾਣੇ, ਲੰਗਰ ਔਨ ਵੀਲ, ਜਿਸ ਦਾ ਕੋਈ ਮਕਸਦ ਹੀ ਨਹੀਂ ਹੈ, ਸਭ ਤੋਂ ਵੱਡਾ ਇਸ ਟਾਈਮ ਮੁੱਦਾ ਉਹ ਹੋਏਗਾ। ਔਰ ਜਿਹੜਾ ਸੰਨ 2013 ਦੇ ਵਿੱਚ ਇਹਨਾਂ ਨੇ ਇੱਕ ਮਾਹੌਲ ਬਣਾ ਦਿੱਤਾ ਸੀ ਕਿ ਜੇ ਇੱਕ ਵੀ ਬਾਲਾ ਸਾਹਿਬ ਹੋਸਪਿਟਲ ਨੂੰ ਵੇਚ ਦਿੱਤਾ, ਉਹ ਵੀ ਅੱਜ ਜੱਗ ਜ਼ਾਹਿਰ ਹੋ ਗਿਆ ਵੀ ਬਾਲਾ ਸਾਹਿਬ ਹੋਸਪਿਟਲ। ਪਹਿਲੀ ਗੱਲ ਤਾਂ ਇਹ ਹੈ ਵੀ ਗੁਰੂ ਘਰ ਦੀ ਜਾਇਦਾਦਾਂ, ਜ਼ਮੀਨਾਂ ਨਾ ਕੋਈ ਵੇਚ ਸਕਦਾ ਤਾਂ ਨਾ ਕੋਈ ਖਰੀਦ ਸਕਦਾ। ਇੱਕ ਐਸਾ ਹਊਆ ਇੱਕ ਮਾਹੌਲ ਬਣਾ ਦਿੱਤਾ ਗਿਆ ਸੀ, ਜਿਹੜਾ ਉਹ ਮਾਹੌਲ ਅੱਜ ਹਰ ਗੁਰੂ ਨਾਨਕ ਨਾਮ ਲੇਵਾ ਹਰ ਸੰਗਤ ਤੋਂ ਜਾਣਦੀ ਹੈ ਕੋਈ ਉਹ ਝੂਠ ਦਾ ਪਸਾਰਾ ਸੀ, ਉਹ ਝੂਠ ਆਪਣੇ ਆਪ ਹੀ ਪਰਦਾਫਾਸ਼ ਹੋ ਚੁੱਕਾ ਹੈ। ਇਹ ਸਭ ਤੋਂ ਵੱਡਾ ਮੁੱਦਾ ਰਹੇਗਾ ਇਸ ਵਾਰ। ਆਪ ਜੀ ਨੇ ਹੁਣੇ ਗੱਲ ਕੀਤੀ ਹੈ ਬਾਲਾ ਸਾਹਿਬ ਹੋਸਪਿਟਲ ਦੀ, ਅਤੇ ਬਾਲਾ ਸਾਹਿਬ ਹੋਸਪਿਟਲ ਜਿਹੜਾ ਇਸ਼ੂ ਹੈ, ਇਹ ਇਸ਼ੂ ਜਿਹੜਾ ਆਪਣਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਲਈ ਪਿਛਲੇ 2 ਵਾਰੀ ਬਹੁਤ ਵੱਡਾ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਬੜਾ ਹਾਵੀ ਰਿਹਾ ਆਪ ਜੀ ਦੀ ਪਾਰਟੀ ਦੇ ਉੱਪਰ, ਅਤੇ ਕੀ ਸੰਗਤ ਦੇ ਵਿੱਚ ਸਰਨਾ ਦਲ ਜਿਹੜਾ ਇਸ ਇਸ਼ੂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕਿਆ, ਬਾਲਾ ਸਾਹਿਬ ਜਿਹੜਾ ਮੁੱਦਾ ਹੈ, ਜਾਂ ਫਿਰ ਇਸ ਮੁੱਦੇ ਨੂੰ ਕਿਸੇ ਤਰੀਕੇ ਭਟਕਾਇਆ ਗਿਆ, ਅਤੇ ਜਿਹੜਾ ਪ੍ਰੋਪਾਗੰਡਾ ਹੋਇਆ ਇਸ ਮੁੱਦੇ ਨੂੰ ਲੈ ਕਰਕੇ, ਅਤੇ ਇਸ ਵਾਰੀ ਕੀ ਆਪ ਜੀ ਇਸ ਪ੍ਰੋਪਾਗੰਡੇ ਨੂੰ ਤੋਂ ਬਚਣ ਦੇ ਲਈ ਕੀ ਕੁਝ ਕਰੋਗੇ? ਵੀਰ ਜੀ, ਮੈਂ ਪਹਿਲੇ ਤਾਂ ਤੁਹਾਨੂੰ ਗੱਲ ਕਲੀਅਰ ਕਰਦਾ ਵੀ ਸੰਨ 2013 ਜਿਹੜਾ ਇਲੈਕਸ਼ਨ ਸੀ, ਉਹ ਇਲੈਕਸ਼ਨ ਸਰਦਾਰ ਪਰਮਜੀਤ ਸਿੰਘ ਸਰਨਾ ਵਰਸਿਸ ਪ੍ਰਕਾਸ਼ ਸਿੰਘ ਬਾਦਲ ਨਹੀਂ ਸੀ, ਉਹ ਇਲੈਕਸ਼ਨ ਸਰਦਾਰ ਪਰਮਜੀਤ ਸਿੰਘ ਸਰਨਾ ਵਰਸਿਸ ਪੂਰੀ ਪੰਜਾਬ ਸਰਕਾਰ ਸੀ। ਪੂਰੇ ਪੰਜਾਬ ਦੇ ਸੰਤਰੀ, ਮੰਤਰੀ, ਜੰਤਰੀ, ਤੰਤਰੀ ਜਿੰਨੇ ਸੀ, ਪੂਰੇ ਦਿੱਲੀ ਆ ਕੇ ਬੈਠ ਗਏ ਸੀ। ਸੰਨ 2013 ਦੀ ਗੱਲ ਕਰ ਰਿਹਾ ਮੈਂ, ਦਾਸ ਉਸ ਵੇਲੇ ਨਰਾਇਣਾ ਗੁਰਦੁਆਰੇ ਦੀ ਪ੍ਰਧਾਨ ਦੀ ਸੇਵਾ ਸੰਭਾਲ ਰਿਹਾ ਸੀ। ਮੈਨੂੰ ਯਾਦ ਹੈ ਵੀ ਮੇਰੇ ਕੋਲ 8-10 ਬੰਦੇ ਇਹਨਾਂ ਦੇ ਆ ਗਏ, ਉਹ ਕਹਿੰਦਾ ਜੀ ਮੈਂ ਜੇਲ੍ਹ ਮੰਤਰੀ ਹਾਂ, ਦੂਸਰਾ ਕਹਿੰਦਾ ਜੀ ਮੈਂ ਪਸ਼ੂ ਮੰਤਰੀ ਹਾਂ, ਫਲਾਣੇ ਫਲਾਣੇ ਮੰਤਰੀ ਸੀ, ਬਈ ਤੁਸੀਂ ਸਾਡੇ ਇਲਾਕੇ ਦੇ ਜਿਹੜੇ ਮੈਂਬਰ ਨੇ ਚੰਡੋਕ ਜੀ, ਉਹਨਾਂ ਨੂੰ ਸਪੋਰਟ ਕਰੋ। ਅਸੀਂ ਸਾਫ਼ ਮਨਾ ਕਰਤਾ ਸੀ ਵੀ ਅਸੀਂ ਅਸੂਲ ਨਾਲ ਚੱਲਣ ਵਾਲੇ ਬੰਦੇ ਹਾਂ, ਅਸੂ ਅਸੂਲਾਂ ਦੇ ਨਾਲ ਚੱਲਾਂਗੇ, ਜਿਹੜਾ ਖਰਾ ਇਸ ਅਸੂਲ 'ਤੇ ਉਤਰੇਗਾ ਅਸੀਂ ਉਹਨੂੰ ਸਪੋਰਟ ਕਰਾਂਗੇ। ਤੁਸੀਂ ਯਕੀਨ ਮੰਨਣਾ, ਮੇਰੇ ਕੋਲ ਅੱਜ ਵੀ ਸ਼ਾਇਦ ਰਿਕਾਰਡਿੰਗ ਉਹ ਪਈ ਹੋਏਗੀ, ਮੈਨੂੰ 3 ਵਾਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦਾ ਫੋਨ ਆਇਆ, ਜਿਨ੍ਹਾਂ ਨੇ ਕਿਹਾ ਜੀ ਮੈਂ ਪ੍ਰਕਾਸ਼ ਸਿੰਘ ਬਾਦਲ CM ਪੰਜਾਬ ਬੋਲ ਰਿਹਾ ਜੀ, ਖੁਰਾਨਾ ਸਾਹਿਬ ਇਸ ਵਾਰੀ ਸਾਡੇ ਬੰਦੇ ਨੂੰ ਤੁਸੀਂ ਸਪੋਰਟ ਕਰਨੀ। ਮੈਂ ਕਿਹਾ ਜੀ ਤੁਹਾਡਾ ਬੰਦਾ ਤਾਂ ਗਲਤ ਕੰਮ ਕਰ ਰਿਹਾ, ਅਸੀਂ ਉਹਨੂੰ ਸਪੋਰਟ ਨਹੀਂ ਕਰਾਂਗੇ। ਕਹਿੰਦੇ ਨਹੀਂ ਜੀ, ਤੁਸੀਂ ਉਹਨਾਂ ਨੂੰ ਬੈਠ ਕੇ ਅਸੀਂ ਗੱਲ ਕਰਾਂਗੇ। ਇੱਥੋਂ ਤੱਕ ਕਿ ਜਿੱਥੋਂ ਵੀ ਇਹਨਾਂ ਦੇ ਸਾਡੇ ਰਿਸ਼ਤੇਦਾਰਾਂ ਕੋਲ ਇਹਨਾਂ ਨੇ ਸਾਡੇ 'ਤੇ ਪ੍ਰੈਸ਼ਰ ਪਾਇਆ, ਮੇਰੇ 'ਤੇ ਪਾਇਆ, ਬਾਕੀ ਦੁਨੀਆ 'ਤੇ ਤਾਂ ਗੱਲ ਹੀ ਛੱਡ ਦਿਓ। ਇੱਥੋਂ ਤੱਕ ਕਿ ਕਈਆਂ ਦੇ ਬਿਜ਼ਨਸ ਪੰਜਾਬ ਦੇ ਵੀ ਸੀ, ਉਹਨਾਂ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਉੱਤੇ ਕੇਸ ਬਣਾ ਦਿੱਤੇ, ਉਹਨਾਂ ਦੇ ਕੰਮ ਬੰਦ ਕਰਾ ਦਿੱਤੇ, ਇਹੋ ਜਿਹਾ ਮਾਹੌਲ ਬਣਾ ਦਿੱਤਾ ਬਈ ਇਹ ਇਲੈਕਸ਼ਨ ਪੂਰਾ ਪੰਜਾਬ ਸਰਕਾਰ ਦਿੱਲੀ ਆ ਕੇ ਬੈਠੀ ਸੀ ਤਾਂ ਇਲੈਕਸ਼ਨ ਹੋਇਆ ਸੀ। ਔਰ ਹੁਣ ਮੈਂ ਆਪ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ, ਇਹ ਜਿਹੜਾ ਹੁਣ ਇਲੈਕਸ਼ਨ ਹੈ, ਇਹ ਸਾਡੇ ਮਾਨਨੀਯ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਜੋ ਦਿੱਲੀ ਦੇ ਚੀਫ ਮਿਨਿਸਟਰ ਨੇ, ਉਹਨਾਂ ਦੀ ਦੇਖ ਰੇਖ ਵਿੱਚ ਹੋਏਗਾ। ਔਰ ਉਹਨਾਂ ਨੇ ਇਹ ਆਸ਼ਵਾਸਨ ਦਿੱਤਾ ਹੈ ਵੀ ਜੋ ਪਹਿਲੇ ਪੰਜਾਬ ਤੋਂ ਜੋ ਮਾਹੌਲ ਦਿੱਲੀ 'ਚ ਬਣਿਆ ਸੀ, ਜੋ ਸ਼ਰਾਬਾਂ ਵੰਡੀਆਂ ਗਈਆਂ ਸੀ, ਜੋ ਪੈਸੇ ਦਾ ਦੁਰਪਯੋਗ ਕੀਤਾ ਸੀ, ਉਹ ਸ਼ਾਇਦ ਉਹ ਨਹੀਂ ਹੋਣ ਦੇਣਗੀਆਂ। ਅੱਛਾ, ਇਸ ਵਾਰੀ ਜੇ ਆਪਾਂ ਦੇਖਦੇ ਹਾਂ ਕਿ ਸਕੂਲਾਂ ਦੀ ਸਿਚੁਏਸ਼ਨ ਜਿਹੜੀ ਹੈ ਵੱਧ ਤੋਂ ਬਦਤਰ ਹੋਈ ਪਈ ਹੈ, GSPSC ਜਿਹੜੇ ਸਕੂਲ ਨੇ ਆਪਣਾ, ਗੁਰੂ ਅਕਸ਼ ਬੋਲ ਸਕੂਲ, ਅਤੇ ਇਹਨਾਂ ਨੂੰ ਸੁਧਾਰਿਆ ਕਿਵੇਂ ਜਾ ਸਕਦਾ, ਕੋਈ ਸੁਧਾਰਨ ਦਾ ਕੋਈ ਉਪਰਾਲਾ ਕਿਵੇਂ ਕੀਤਾ ਜਾ ਸਕਦਾ? ਦੇਖੋ ਜੀ, ਜਦੋਂ ਤੱਕ ਨੀਅਤ 'ਚ ਖੋਟ ਰਹੇਗੀ ਕਦੇ ਸੁਧਾਰ ਹੋਏਗਾ ਹੀ, ਕਿਉਂਕਿ ਇਹਨਾਂ ਦੇ ਹਰ ਕੰਮ ਜਿਹੜੇ ਨੇ ਉਹ ਕੰਮ ਆਪਣੇ ਅਕਾਵਾਂ ਨੂੰ, ਜਿਹੜੇ ਇਹਨਾਂ ਦੇ ਆਕੇ ਹੈਗੇ ਨੇ, ਉਹਨਾਂ ਨੂੰ ਖੁਸ਼ ਕਰਨ ਦੇ ਹੈਗੇ ਨੇ। ਜਦੋਂ ਤੁਸੀਂ ਦੇਖਿਆ ਹੋਣਾ ਸਕੂਲਾਂ ਦੇ ਵਿੱਚ ਕ੍ਰਿਸਮਿਸ ਡੇ 'ਤੇ ਮਨਾਏ ਜਾਂਦੇ ਨੇ, ਉਸ ਤੋਂ ਇਲਾਵਾ ਜਦੋਂ ਜਨਮਅਸ਼ਟਮੀ ਦੇ ਉੱਤੇ ਉਹਨਾਂ ਦੇ ਗੀਤ ਗਾਏ ਜਾ ਰਹੇ ਨੇ, ਅੱਜ ਮਾਹੌਲ ਇਹੋ ਜਿਹਾ ਬਣਾ ਦਿੱਤਾ ਵੀ ਪੂਰੀ RSS BJP ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਿਜ਼ ਹੋ ਰਹੀ ਹੈ। ਜਦੋਂ ਇਹੋ ਜਿਹੇ ਕੰਮ ਹੋਣਗੇ ਤਾਂ ਸਕੂਲਾਂ ਦਾ ਮਿਆਰ ਤਾਂ ਗਿਰੇਗਾ। ਔਰ ਅੱਜ ਟੀਚਰਾਂ ਜਿਹੜੀਆਂ ਨੇ ਸੜਕਾਂ ਦੇ ਉੱਤੇ ਬੈਠੀਆਂ ਨੇ, ਆਮ ਤੌਰ 'ਤੇ ਹਰ ਬੰਦਾ ਕਹਿ ਰਿਹਾ ਜੀ ਕੋਵਿਡ ਦੀ ਵਜ੍ਹਾ ਕਰਕੇ, ਪੈਂਡੇਮਿਕ ਦੀ ਵਜ੍ਹਾ ਕਰਕੇ ਫੀਸਾਂ ਨਹੀਂ ਆ ਰਹੀਆਂ, ਇਸ ਕਰਕੇ ਟੀਚਰਾਂ ਨੂੰ ਸੈਲਰੀਆਂ ਨਹੀਂ ਮਿਲ ਰਹੀਆਂ। ਮੈਂ ਵੀਰ ਜੀ ਆਪ ਕੋਲ ਪੁੱਛਣਾ ਚਾਹੁੰਦਾ ਕਿ ਪਿਛਲੇ 3 ਸਾਲ ਤੋਂ ਇਹ ਹਾਲਤ ਨਹੀਂ ਹੋ ਰਹੀ? 3 ਸਾਲ ਪਹਿਲੇ ਵੀ ਟੀਚਰਾਂ ਸੜਕਾਂ ਉੱਤੇ ਨਹੀਂ ਆਈਆਂ ਸੀ,
ਪੈਨ ਡਾਊਨ ਸਟ੍ਰਾਈਕ ਨਹੀਂ ਕੀਤੀ ਸੀ, ਉਹਨਾਂ ਨੇ ਗੁਰਦੁਆਰਾ ਰਕਾਬਗੰਜ ਸਾਹਿਬ ਜਾ ਕੇ ਉੱਥੇ ਮੁਜ਼ਾਹਰੇ ਜਾਂ ਸ਼ੋਰ ਸ਼ਰਾਬਾ ਨਹੀਂ ਪਾਇਆ ਸੀ ਉਹਨਾਂ ਨੂੰ। 3 ਸਾਲ 4 ਸਾਲ ਤੋਂ ਇਹ ਹਾਲ ਹੋ ਰਿਹਾ, ਜਦੋਂ ਦਾ ਸਕੂਲਾਂ ਦਾ ਅਕਾਊਂਟ ਸੈਂਟਰਲਾਈਜ਼ ਕੀਤਾ ਤਾਂ ਉੱਥੇ ਪ੍ਰੋਬਲਮ ਆ ਰਹੀ ਹੈ। ਇੱਥੋਂ ਤੱਕ ਵੀ ਪਤਾ ਚੱਲਿਆ ਵੀ 27 ਕਰੋੜ ਰੁਪਇਆ ਲੋਨੀ ਰੋਡ ਸਕੂਲ ਦਾ ਜਿਹੜਾ ਕਿ ਉਹਨਾਂ ਨੇ ਆਪਣੇ ਬੈਨਰਾਂ ਉੱਤੇ ਵੀ ਲਿਖ ਕੇ ਲਗਾਇਆ, 27 ਕਰੋੜ ਰੁਪਇਆ ਲੋਨੀ ਰੋਡ ਸਕੂਲ ਦੇ ਵਿੱਚੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਟ੍ਰਾਂਸਫਰ ਕਰ ਲਿੱਤਾ ਗਿਆ। ਵੀਰ ਜੀ ਕਿੱਥੋਂ ਸਕੂਲ ਚੱਲਣਗੇ, ਬੱਚੇ ਘੱਟਦੇ ਜਾ ਰਹੇ ਨੇ, ਨਵੀਂ ਨਵੀਂ ਡਿਵੈਲਪਮੈਂਟ ਤੁਸੀਂ ਕਰ ਨਹੀਂ ਰਹੇ, ਨਵੀਆਂ ਚੀਜ਼ਾਂ ਤੁਸੀਂ ਸਕੂਲਾਂ 'ਚ ਲਿਆ ਨਹੀਂ ਰਹੇ। ਅਤੇ ਲੋਕ ਜਿੱਥੇ ਪਹਿਲੇ ਇੱਕ ਟਾਈਮ ਆਉਂਦਾ ਸੀ ਲੋਕ ਸਿਫਾਰਸ਼ਾਂ ਲਗਵਾਉਂਦੇ ਸੀ ਆਪਣੇ ਬੱਚਿਆਂ ਦੇ ਐਡਮਿਸ਼ਨ ਕਰਾਉਣਾ ਸੀ, ਅੱਜ ਉੱਥੇ ਐਡਮਿਸ਼ਨ ਕਰਾ ਕੇ ਰਾਜੀ ਕੋਈ ਨਹੀਂ। ਸਕੂਲਾਂ ਦੀ ਜਿਹੜੀ ਸਿਚੁਏਸ਼ਨ ਹੈ ਉਹ ਵੱਧ ਤੋਂ ਬਦਤਰ ਹੁੰਦੀ ਜਾ ਰਹੀ ਹੈ, ਅਤੇ ਇਹ ਸੁਣਨ ਵਿੱਚ ਆਇਆ ਪਰ ਹੁਣ ਇਹ ਸੁਣਨ ਵਿੱਚ ਆ ਰਿਹਾ ਕਿ ਕੁਛ ਸੁਧਾਰ ਹੋਇਆ ਹੈ ਅਤੇ ਟੀਚਰਾਂ ਨੂੰ ਜਿਹੜੀ ਸੈਲਰੀ ਮਿਲ ਗਈ ਹੈ, ਅਤੇ ਇਸ ਬਾਰੇ ਆਪ ਜੀ ਕੀ ਕਹੋਗੇ? ਦੇਖੋ ਵੀਰ ਜੀ, ਇਹ ਇੱਕ ਕੁਛ ਦਿਨ ਪਹਿਲੇ ਜੋ ਟੀਚਰਾਂ ਨੇ ਲੋਨੀ ਰੋਡ ਦੀ ਟੀਚਰਾਂ ਨੇ ਸਟ੍ਰਾਈਕ ਕੀਤੀ, ਉਸ ਤੋਂ ਬਾਅਦ ਦਿੱਲੀ ਦੀ ਸੰਗਤ ਦੇ ਚਿਹਰਿਆਂ 'ਤੇ ਹਲਕੀ ਜਿਹੀ ਖੁਸ਼ੀ ਦੀ ਲਹਿਰ ਨਜ਼ਰ ਆਈ ਜਦੋਂ ਉਹਨਾਂ ਨੇ ਇਹ ਸੁਣਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਨੇ ਟੀਚਰਾਂ ਨੂੰ ਅਗਸਤ ਤੱਕ ਦੀ ਪੂਰੀ ਸੈਲਰੀ ਦੇ ਦਿੱਤੀ ਹੈ। ਲੇਕਿਨ ਇਹ ਵੀ ਇੱਕ ਬੜਾ ਵੱਡਾ ਗੁੰਮਰਾਹ ਦਾ ਵਿਸ਼ਾ ਹੈਗਾ, ਬੜਾ ਵੱਡਾ ਗੁੰਮਰਾਹ ਕੀਤਾ ਇਹਨਾਂ ਨੇ। ਅਪ੍ਰੈਲ ਤੋਂ ਲੈ ਕੇ ਹੁਣ ਤੱਕ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ 5 ਮਹੀਨੇ ਹੁੰਦੇ ਨੇ ਵੀਰ ਜੀ, ਇਹਨਾਂ ਨੇ 60% ਸੈਲਰੀ ਦਿੱਤੀ ਸਾਰਿਆਂ ਨੂੰ, ਯਾਨੀ ਕਿ 40-40% ਹਰ ਮਹੀਨੇ ਦੀ ਇਹਨਾਂ ਨੇ ਸੈਲਰੀ ਰੋਕੀ ਹੈ 5 ਮਹੀਨੇ ਤੋਂ। 200% ਦਾ ਮਤਲਬ 2 ਮਹੀਨੇ ਦੀ ਸੈਲਰੀ ਇਹਨਾਂ ਨੇ ਹਰ ਸਕੂਲ ਦੀ ਦੇਣੀ ਹੈ। ਅੱਜ ਇਹਨਾਂ ਨੇ ਅਫਵਾਹ ਉਡਾ ਦਿੱਤੀ, ਕਿਉਂਕਿ ਇਹਨਾਂ ਨੇ ਇੱਕ ਐਸੇ ਪਿਆਦੇ ਇਹਨਾਂ ਨੇ ਪਾਲ ਕੇ ਰੱਖੇ ਨੇ ਜਿਹੜਾ ਇਹੋ ਜਿਹਾ ਮਾਹੌਲ ਬਣਾਉਂਦੇ ਨੇ, ਇਹੋ ਜਿਹਾ ਅਫਵਾਹ ਉਡਾਉਂਦੇ ਨੇ। ਹਾਂਜੀ ਸੈਲਰੀ ਦੇ ਦਿੱਤੀ ਜੀ, ਸੈਲਰੀ ਦੇ ਦਿੱਤੀ ਜੀ। ਪਰਸੋਂ ਮੇਰੇ ਇੱਕ ਚੈਨਲ ਦੇ ਉੱਤੇ ਸਰਦਾਰ ਵਿਕਰਮ ਸਿੰਘ ਰੋਹਣੀ ਨਾਲ ਡਿਬੇਟ ਹੋ ਰਹੀ ਸੀ, ਉਹ ਕਹਿੰਦੇ ਸੀ ਜੀ ਅਸੀਂ 6 ਸਕੂਲਾਂ ਦੀ ਪੂਰੀ ਸੈਲਰੀ ਦੇ ਦਿੱਤੀ ਹੈ। ਮੈਂ ਉਹਨਾਂ ਨੇ ਕਿਹਾ ਜੀ ਇੱਕ ਦੋ ਸਕੂਲਾਂ ਦੇ ਨਾਮ 'ਤੇ ਗਿਣਾਓ, ਅਜੇ ਤੱਕ ਉਹਨਾਂ ਨੇ ਨਾ ਸਕੂਲਾਂ ਦੇ ਨਾਮ ਗਿਣਾਏ ਨੇ ਅਤੇ ਨਾ ਕੋਈ ਸੋਸ਼ਲ ਮੀਡੀਆ 'ਤੇ ਉਹਨਾਂ ਨੇ ਇਸਦਾ ਬਾਰੇ ਬਿਆਨ ਦਿੱਤਾ ਵੇ। ਅਤੇ ਇਹਨਾਂ ਨੇ 2-2 ਮਹੀਨੇ ਦੀ ਹਰ ਸਕੂਲ ਦੀ ਸੈਲਰੀ ਰੋਕੀ ਹੋਈ ਹੈ। ਹੇਮਕੁੰਡ ਕਲੋਨੀ ਜਿਹੜਾ ਸਕੂਲ ਹੈ ਉਹਦੀ ਜਦੋਂ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਜਦੋਂ ਕੁਆਰੰਟਾਈਨ ਹੋਏ ਸੀ, ਉਹ ਕੀ ਵਜ੍ਹਾ ਸੀ, ਪਿੱਛੋਂ ਕਿਹੜਾ ਪ੍ਰੈਸ਼ਰ ਸੀ ਬਾਦਲ ਪਰਿਵਾਰ ਦਾ, ਇਹ ਸਾਰੀ ਦੁਨੀਆ ਜਗ ਜਾਹਿਰ ਹੈ, ਮੈਂ ਉਸ ਵਿਸ਼ੇ 'ਤੇ ਨਹੀਂ ਆਉਣਾ ਚਾਹੁੰਦਾ। ਲੇਕਿਨ ਉਸੇ ਦਿਨ ਸੇਮ ਡੇ ਜਦੋਂ ਬਸ ਹੇਮਕੁੰਡ ਕਲੋਨੀ ਦੇ ਟੀਚਰ ਜਦੋਂ ਜਾ ਕੇ ਉੱਥੇ ਸਕੂਲ ਵਿੱਚ ਧਰਨਾ ਦੇ ਕੇ ਬੈਠ ਗਏ ਔਰ ਪ੍ਰਿੰਸੀਪਲ ਦੇ ਕਮਰੇ ਜਾ ਕੇ ਅੜ ਕੇ ਬੈਠ ਗਏ, ਨਹੀਂ ਜੀ ਸਾਨੂੰ ਸੈਲਰੀ ਦਿਓ ਤਾਂ ਅਸੀਂ ਜਾਵਾਂਗੇ। ਉਹਨਾਂ ਨੇ ਉਸੇ ਸਰਦਾਰ ਕੁਲਵੰਤ ਸਿੰਘ ਬਾਠ ਜੀ ਨੂੰ ਫੋਨ ਕੀਤਾ, ਜੀ ਟੀਚਰ ਤਾਂ ਮੰਨ ਨਹੀਂ ਰਹੇ ਜੀ, ਉਹਨਾਂ ਨੇ ਸੈਲਰੀ ਦੇਣੀ ਪੈਣੀ ਹੈ। ਉਹਨਾਂ ਨੇ ਬਾਠ ਸਾਹਿਬ ਨੇ ਪੁੱਛਿਆ ਜੀ ਤੁਹਾਡੇ ਕੋਲ ਕਿੰਨੀ ਸੈਲਰੀ ਹੈ, ਕਹਿੰਦੇ ਕਿੰਨਾ ਪੈਸਾ ਪਿਆ, ਉਹਨਾਂ ਨੇ ਕੁਛ ਅਮਾਊਂਟ ਲਮਸਮ ਦੱਸਿਆ, ਕਹਿੰਦੇ ਚਲੋ ਠੀਕ ਹੈ ਜੀ 20% ਸੈਲਰੀ ਰਿਲੀਜ਼ ਕਰ ਦਿਓ। ਸਿਰਫ ਹੇਮਕੁੰਡ ਕਲੋਨੀ ਦੀ ਅਪ੍ਰੈਲ ਦੀ 60% ਤੋਂ ਇਲਾਵਾ 20% ਹੋਰ ਸੈਲਰੀ ਰਿਲੀਜ਼ ਕੀਤੀ। ਉਸ ਦਿਨ ਜਦੋਂ ਸਿਰਸਾ ਜੀ ਨੂੰ ਇਹ ਗੱਲ ਪਤਾ ਚੱਲੀ, ਉਹਨਾਂ ਨੇ ਉਸ ਵੇਲੇ ਹੀ 4th ਦਿਨ ਹੀ ਕੁਲਵੰਤ ਸਿੰਘ ਬਾਠ ਨੂੰ ਵੀ ਉਤਾਰ ਦਿੱਤਾ, ਬਈ ਤੂੰ ਮੇਰੇ ਕੋਲ ਪੁੱਛਿਆ ਬਗੈਰ 20% ਸੈਲਰੀ ਕੋਲ ਰਿਲੀਜ਼ ਕਰਾ ਦਿੱਤੀ। ਹਾਲਾਤ ਦੇ ਅੰਦਰ ਤਾਂ ਇਹ ਹੋਏ ਪਏ ਨੇ, ਆਮ ਸੰਗਤ ਨੂੰ ਇਹ ਗੱਲ ਪਤਾ ਨਹੀਂ ਹੈ ਬਈ 2 ਮਹੀਨੇ ਦੀ ਸੈਲਰੀ ਅੱਜ ਤੁਸੀਂ ਸਾਰੇ ਸਟਾਫ ਦੀ ਰੋਕ ਕੇ ਬੈਠੇ ਹੋ। ਅੱਛਾ, ਜਿਵੇਂ ਕਾਲਕਾ ਜੀ ਅਤੇ ਸਿਰਸਾ ਨੇ ਹੁਣੇ ਹੀ ਐਲਾਨ ਕੀਤਾ ਕਿ ਅਸੀਂ ਸਿਵਲ ਸਰਵਿਸਿਜ਼ ਦੇ ਚਾਹਵਾਨ ਜਿਹੜੇ ਸਿੱਖ ਬੱਚੇ ਨੇ ਉਹਨਾਂ ਦੇ ਲਈ ਅਕੈਡਮੀ ਜਿਹੜੀ ਇੱਕ ਸ਼ੁਰੂ ਕਰਾਂਗੇ, ਅਤੇ ਉਹਦੇ ਵਿੱਚ 85% ਜਿਹੜਾ ਖਰਚਾ ਹੋਏਗਾ ਫੀਸਾਂ ਦਾ ਜਾਂ ਜੋ ਵੀ ਕੁਛ ਹੋਏਗਾ ਉਹਦੇ ਉਹ ਜਿਹੜਾ ਹੈਗਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਉਹ ਭਰੇਗੀ, ਉਹ ਦੇਵੇਗੀ ਖਰਚਾ। ਅਤੇ ਇਹ ਕੀ ਇਹ ਕਾਮਯਾਬ ਹੋ ਪਾਏਗਾ ਇਸ ਤਰੀਕੇ ਦੇ ਨਾਲ? ਅਤੇ ਨਾਲ ਹੀ ਮਨਜੀਤ ਸਿੰਘ ਜੀਕੇ ਨੇ ਵੀ ਇਹ ਅਕੈਡਮੀ ਪਹਿਲਾਂ ਸ਼ੁਰੂ ਕੀਤੀ ਸੀਗੀ, ਉਹਨਾਂ ਨੇ ਉਪਰਾਲਾ ਸ਼ੁਰੂ ਕੀਤਾ ਸੀਗਾ, ਅਤੇ ਪਰ ਉਹਨਾਂ ਦਾ ਕਹਿਣਾ ਸੀ ਬਾਅਦ ਵਿੱਚ ਕਿ ਬੱਚੇ ਹੀ ਨਹੀਂ ਆ ਰਹੇ, ਅਤੇ ਤੁਸੀਂ ਇਸ ਸਾਰੇ ਉਪਰਾਲੇ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਵੀਰ ਜੀ ਇਹ ਵੀ ਇੱਕ ਨਵਾਂ ਸ਼ੋਸ਼ਾ ਛੇੜਿਆ ਗਿਆ, ਜਿਵੇਂ ਕਿ ਪਹਿਲੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਸ਼ੋਸ਼ੇ ਛੇੜਨ 'ਚ ਬਹੁਤ ਜ਼ਿਆਦਾ ਐਕਸਪਰਟ ਨੇ, ਕਿਉਂਕਿ ਉਹ ਪੋਲੀਟੀਕਲ ਬੰਦੇ ਹੈਗੇ ਨੇ ਔਰ ਉਹਨਾਂ ਨੇ ਪੋਲੀਟੀਕਲ ਇਲੈਕਸ਼ਨ ਵੀ ਲੜੇ ਨੇ, ਉਹਨਾਂ ਨੂੰ ਇਹ ਚੀਜ਼ਾਂ ਬਹੁਤ ਜ਼ਿਆਦਾ ਆਉਂਦੀਆਂ ਨੇ। ਤੁਸੀਂ ਦੇਖਿਆ ਹੋਣਾ ਵੀ ਦਸ਼ਮੇਸ਼ ਅਕੈਡਮੀ ਦੇ ਡਾਕਟਰ ਹਰਮੀਤ ਸਿੰਘ ਰਿਹਾਨ ਜਿਹੜੇ ਨੇ ਉਹਨਾਂ ਨੇ ਵੀ ਆਲਰੇਡੀ ਇਹ ਸੇਵਾਵਾਂ ਪਹਿਲੇ ਕਰ ਰਹੇ ਨੇ, ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਕਦੀ ਕਿਸੇ ਕੋਲੋਂ ਡੋਨੇਸ਼ਨ ਨਹੀਂ ਮੰਗੀ, ਕੋਈ ਸੇਵਾ ਨਹੀਂ ਮੰਗੀ। ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਮ ਬਾਅਦ ਹੀ ਸ਼ੁਰੂ ਕਰਦੀ ਹੈ, ਸੇਵਾਵਾਂ ਪਹਿਲੇ ਮੰਗਣੀਆਂ ਸ਼ੁਰੂ ਕਰ ਦਿੰਦੀ ਹੈ। ਜਿਵੇਂ ਤੁਸੀਂ ਮਨਜੀਤ ਸਿੰਘ ਜੀਕੇ ਜੀ ਦੀ ਗੱਲ ਕੀਤੀ, ਮਨਜੀਤ ਸਿੰਘ ਜੀਕੇ ਦੇ ਟਾਈਮ 'ਤੇ ਜਦੋਂ ਇਹ ਜੀ ਸੇਵਾਵਾਂ ਸ਼ੁਰੂ ਕੀਤੀਆਂ ਸੀ ਉਸ ਵੇਲੇ ਉਹਨਾਂ ਨੇ ਖੁਦ ਮੰਨਿਆ ਸੀ ਵੀ ਸਿੱਖ ਬੱਚੇ ਇਹਦੇ 'ਚ ਆ ਹੀ ਨਹੀਂ ਰਹੇ। ਦੂਸਰੀ ਗੱਲ ਮੈਂ ਆਪ ਜੀ ਦੱਸਣਾ ਚਾਹੁੰਦਾ ਵਾਂ ਬਈ ਜਿਵੇਂ ਅਗਰ 20 ਬੱਚਿਆਂ ਨੂੰ ਇਹ ਫ੍ਰੀ ਸੇਵਾਵਾਂ ਦੇਣਗੇ ਤਕਰੀਬਨ 1,20,000 ਰੁਪਏ ਇੱਕ ਬੱਚੇ ਦਾ ਖਰਚਾ ਆਏਗਾ ਜੀ। ਅੱਜ 24 ਲੱਖ ਰੁਪਏ ਦਾ ਖਰਚਾ ਇਹ ਦਿਖਾ ਰਹੇ ਨੇ ਜੀ ਅਸੀਂ ਸੇਵਾ ਕਰਾਂਗੇ। ਸਕੂਲਾਂ ਦੀ ਟੀਚਰਾਂ ਨੂੰ ਦੇਣਾ ਸੀ ਤਾਂ ਤੁਹਾਡੇ ਕੋਲ ਪੈਸੇ ਕੋਈ ਨਹੀਂ, ਸਕੂਲ ਦੀ ਟੀਚਰਾਂ ਤੁਹਾਡੀ ਸੜਕਾਂ 'ਤੇ ਉਤਰੀਆਂ ਹੋਈਆਂ ਨੇ, 5 ਤੁਹਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਕੂਲਾਂ ਦੇ ਜਿਹੜੇ ਇੰਪਲੋਈ ਨੇ ਉਹ ਵਿਚਾਰੇ ਤਨਖਾਹਾਂ ਨਾ ਮਿਲਣ ਕਰਕੇ ਆਪਣੇ ਇਲਾਜ ਨੂੰ ਦੀ ਵਜ੍ਹਾ ਕਰਕੇ ਉਹ ਅੱਜ ਦੁਨੀਆ ਨੂੰ ਛੋੜ ਕੇ ਚਲੇ ਗਏ ਨੇ। ਅੱਜ ਤੁਸੀਂ ਨਵਾਂ ਸ਼ੋਸ਼ਾ ਛੇੜ ਦਿੱਤਾ। ਪਿਛਲੇ ਦਿਨਾਂ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਬਾਲਾ ਪ੍ਰੀਤਮ ਦਵਾਖਾਨਾ ਇਹਨਾਂ ਨੇ ਬਣਾਇਆ ਸੀ, ਬੜਾ ਅੱਛਾ, ਬੜਾ ਇਹਨਾਂ ਨੇ ਰੋਲਾ ਪਾਇਆ, ਪੂਰੀ ਦੁਨੀਆ ਦੇ ਵਿੱਚ ਵੀਡੀਓ ਵਾਇਰਲ ਹੋ ਗਈਆਂ ਜੀ।
ਸੰਗਤ ਬਹੁਤ ਭੋਲੀ ਭਾਲੀ, ਕਈ ਵਾਰੀ ਉਹਨਾਂ ਨੂੰ ਯਾਦ ਨਹੀਂ ਰਹਿੰਦੀਆਂ ਗੱਲਾਂ ਵੀ ਹਰ ਮੁਹੱਲੇ ਦੇ ਵਿੱਚ ਪ੍ਰਧਾਨ ਮੰਤਰੀ ਜਨ ਔਸ਼ਧੀ ਯੋਜਨਾ ਖੁੱਲ੍ਹੀ ਹੋਈ ਹੈ, ਜਿਹਦੇ 80-90% ਤੱਕ ਰੇਟ ਸਸਤੀਆਂ ਦਵਾਈਆਂ ਮਿਲਦੀਆਂ, ਕਿਉਂਕਿ ਸਰਕਾਰ ਜਦੋਂ ਕਿਸੇ ਦਵਾਈ ਕੰਪਨੀ ਨੂੰ ਲਾਇਸੈਂਸ ਦਿੰਦੀ ਹੈ ਉਹਨਾਂ ਨੂੰ ਕੁਛ ਪਰਸੈਂਟ ਦਵਾਈਆਂ ਜੈਨਰਿਕ ਬਣਾਉਣੀਆਂ ਜ਼ਰੂਰੀ ਹੁੰਦੀਆਂ ਨੇ। ਉਹਨਾਂ ਦਵਾਈਆਂ ਦੇ ਉੱਤੇ ਨਾ ਕੋਈ ਟੈਕਸ ਹੁੰਦਾ, ਨਾ ਕੋਈ ਉਹਨਾਂ ਦੇ ਉੱਤੇ ਐਡ ਦਾ ਖਰਚਾ ਹੁੰਦਾ, ਨਾ ਕੋਈ ਉਹਨਾਂ 'ਤੇ ਪ੍ਰੋਫਿਟ ਹੁੰਦਾ, ਕਾਸਟ ਟੂ ਕਾਸਟ ਤੋਂ ਦਵਾਈਆਂ ਵੇਚਣੀਆਂ ਹੁੰਦੀਆਂ। ਸੈਕਿੰਡ, ਉਹਦੇ ਵਿੱਚ ਕੁਛ ਕੰਪਨੀਆਂ ਐਸੀਆਂ ਹੁੰਦੀਆਂ ਜਿਹੜੀ ਲੋਕਲ ਦਵਾਈਆਂ ਬਣਾਉਂਦੀਆਂ ਨੇ, ਉਹ ਲੋਕਲ ਦਵਾਈਆਂ ਜਿਹੜੇ 50 ਰੁਪਏ 100 ਰੁਪਏ ਦਾ ਪੱਤਾ, ਦੋ ਦੋ ਚਾਰ ਚਾਰ ਰੁਪਏ ਦੇ ਪੱਤੇ ਹੁੰਦੇ, ਉਹ ਪੱਤੇ ਉੱਥੇ ਵੇਚ ਰਹੇ ਨੇ। ਇਹ ਨਵਾਂ ਸ਼ੋਸ਼ਾ ਛੇੜਿਆ ਗਿਆ ਔਰ ਲੋਕਾਂ ਨੂੰ ਇਹ ਗੁੰਮਰਾਹ ਕਰ ਦਿੱਤਾ ਗਿਆ ਜੀ, ਬਾਲਾ ਪ੍ਰੀਤਮ ਦਵਾਖਾਨਾ ਬਣਾ ਦਿੱਤਾ ਜੀ। ਹੁਣ ਸੇਮ ਉਸੇ ਤਰ੍ਹਾਂ ਦਾ ਇਹ ਨਵਾਂ ਸ਼ੋਸ਼ਾ ਛੇੜ ਕੇ ਜਿਹੜਾ ਸਿਵਲ ਸਰਵਿਸ ਦਾ ਕੀਤਾ ਗਿਆ, ਇਹ ਉਵੇਂ ਕੀਤਾ ਜਾ ਰਿਹਾ। ਮੈਨੂੰ ਤਾਂ ਐਵੇਂ ਲੱਗਦਾ ਜਿਵੇਂ ਕੋਈ ਖੇਲ ਦਿਖਾਉਣ ਵਾਲਾ ਹੁੰਦਾ ਨਾ, ਹਰ ਵਾਰੀ ਜਦੋਂ ਨਵਾਂ ਖੇਲ ਦਿਖਾਉਂਦਾ ਨਾ ਤਾਂ ਹੀ ਲੋਕ ਆਪਣੀ ਜੇਬ 'ਚੋਂ ਪੈਸੇ ਕੱਢ ਕੇ ਉਹਨੂੰ ਦਿੰਦੇ ਨੇ। ਇਹ ਨਵਾਂ ਇੱਕ ਸ਼ੋਸ਼ਾ ਛੇੜਿਆ ਗਿਆ ਲੋਕਾਂ ਦੀ ਸੰਗਤ ਦੀ ਜੇਬ 'ਚੋਂ ਪੈਸਾ ਕੱਢਣ ਦਾ। ਅੱਛਾ, ਕੇ ਪੀ ਸਿੰਘ ਜੀ, ਜਿਹੜਾ ਹੁਣ ਆਪਣਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈ ਉਸਨੇ ਬੀਜੇਪੀ ਦੇ ਨਾਲ ਆਪਣਾ ਅਲਾਇੰਸ ਜਿਹੜਾ ਤੋੜ ਦਿੱਤਾ, ਅਤੇ ਕੀ ਇਸ ਦਾ ਫਰਕ ਤੁਸੀਂ ਵੇਖਦੇ ਹੋ ਕਿ ਦਿੱਲੀ ਸਿੱਖ ਪ੍ਰਮੁੱਖ ਕਮੇਟੀ ਜਿਹੜੇ ਇਲੈਕਸ਼ਨਾਂ ਨੇ ਉਹਨਾਂ ਇਲੈਕਸ਼ਨਾਂ ਦੇ ਵਿੱਚ ਕੋਈ ਇਸ ਤਰੀਕੇ ਦਾ ਲਾਹਾ ਲੈ ਸਕਦੇ ਆ? ਦੇਖੋ ਜੀ, ਲਾਹਾ ਕੀ ਲੈਣਗੇ? ਪਹਿਲੀ ਗੱਲ ਤਾਂ ਇਹ ਬੜਾ ਵੱਡਾ ਇਹਨਾਂ ਨੇ ਡਰਾਮਾ ਕੀਤਾ ਜੀ, ਜਿਹੜੇ ਆਪਣੇ ਜਿਹੜੇ ਨਿਗਮ ਪਾਰਸ਼ਦ ਸੀ, ਜਿਹੜੇ ਕੌਂਸਲਰ ਸੀ, ਉਹਨਾਂ ਨੂੰ ਬੁਲਾ ਕੇ ਇਹਨਾਂ ਨੇ ਕਿਹਾ ਜੀ ਤੁਸੀਂ ਅਸਤੀਫਾ ਦਿਓ। ਤੁਸੀਂ ਦੇਖਿਆ ਹੋਣਾ ਵੀ ਉੱਥੇ ਦੋ ਨਿਗਮ ਪਾਰਸ਼ਦ ਜਿਹੜੇ ਕੌਂਸਲਰ ਨੇ ਉੱਥੇ ਪਹੁੰਚੇ ਹੋਏ ਨੇ, ਕਿਉਂਕਿ ਉਹਨਾਂ ਨੂੰ ਆਪਣੀ ਮਲਾਈ ਵਾਲੀ ਸੀਟਾਂ ਪਿਆਰੀਆਂ ਨੇ। ਉਹਨਾਂ ਨੇ ਅਕਾਲੀ ਦਲ ਤੋਂ ਉਹਨਾਂ ਨੇ ਕੀ ਲੈਣਾ ਤਾਂ ਸਭ ਜਗ ਜ਼ਾਹਿਰ ਹੋ ਗਿਆ ਵੀ ਜਿਹੜੇ ਦੋ ਹਰਮੀਤ ਸਿੰਘ ਕਾਲਕਾ ਜੀ ਦੇ ਮਿਸਿਜ ਨੇ ਜਿਹੜਾ ਅਸਤੀਫਾ ਦਿੱਤਾ, ਉਹ ਵੀ ਉਹਨਾਂ ਨੇ ਆਪਣੀ ਇੱਕ ਵਾਈਸ ਚੇਅਰਮੈਨ ਤੋਂ ਅਸਤੀਫਾ ਦਿੱਤਾ, ਉਹਨਾਂ ਨੇ ਬੀਜੇਪੀ ਤੋਂ ਅਸਤੀਫਾ ਨਹੀਂ ਦਿੱਤਾ, ਉਹਨਾਂ ਨੇ ਆਪਣੀ ਕੌਂਸਲਰਸ਼ਿਪ ਤੋਂ ਅਸਤੀਫਾ ਨਹੀਂ ਦਿੱਤਾ। ਅਗਰ ਤੁਸੀਂ ਉਸ ਨੂੰ ਪੜ੍ਹੋ ਤਾਂ ਤੁਹਾਨੂੰ ਇੱਕ ਬੜਾ ਮਜ਼ਾਕ ਦਾ ਵਿਸ਼ਾ ਨਜ਼ਰ ਆਏਗਾ ਜਿਹਦੇ 'ਚ ਲਿਖਿਆ ਜੀ ਡਿਊ ਟੂ ਪਰਸਨਲ ਰੀਜ਼ਨ ਮੈਂ ਆਪਣੀ ਡਿਪਟੀ ਚੇਅਰਮੈਨ ਤੋਂ ਰਿਜ਼ਾਈਨ ਕਰ ਰਹੀ ਹਾਂ। ਵੀਰ ਜੀ, ਜਦ ਤੁਸੀਂ ਤੁਹਾਡੇ ਜਿਹੜੇ ਮੇਨ ਆਕਾ ਹੈਗੇ ਨੇ ਉਹਨਾਂ ਨੇ ਤੁਹਾਡੇ ਬੀਜੇਪੀ ਨਾਲੋਂ ਨਾਤਾ ਤੋੜ ਦਿੱਤਾ ਤਾਂ ਤੁਸੀਂ ਆਪਣੇ ਬੀਜੇਪੀ ਦੇ ਕੌਂਸਲਰ ਤੋਂ ਰਿਜ਼ਾਈਨ ਕਿਉਂ ਨਹੀਂ ਕਰ ਰਹੇ? ਔਰ ਉਹਦੇ 'ਚ ਕਿਉਂ ਨਹੀਂ ਲਿਖ ਰਹੇ ਬਈ ਅੱਜ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਨੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਅਗਰ NDA ਨਾਲ ਨਾਤਾ ਤੋੜਿਆ ਤਾਂ ਮੈਂ ਵੀ ਇਸੇ ਕਰਕੇ ਤੋੜ ਰਹੀ ਹਾਂ ਤੁਹਾਡੇ ਨਾਲ ਨਾਤਾ, ਉਹਦੇ ਡਿਊ ਟੂ ਪਰਸਨਲ ਰੀਜ਼ਨ ਕਿਉਂ ਕਰ ਰਹੇ ਹੋ? ਦੂਸਰੀ ਗੱਲ, ਸਰਦਾਰ ਕੁਲਵੰਤ ਸਿੰਘ ਬਾਠ ਜੀ ਦੀ ਚਿੱਠੀ ਜਿਹੜੀ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋਈ ਜਿਹਦੇ 'ਚ ਉਹਨਾਂ ਨੇ ਲਿਖਿਆ ਜੀ ਮੇਰੀ ਮਿਸਿਜ਼ ਦੀ ਤਬੀਅਤ ਖਰਾਬ ਹੈ, ਇਸ ਕਰਕੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਤੋਂ ਰਿਜ਼ਾਈਨ ਕਰ ਰਿਹਾ। ਮਜ਼ਾਕ ਨਹੀਂ ਲੱਗਦਾ ਬਈ, ਤੁਹਾਡੀ ਮਿਸਿਜ਼ ਦੀ ਤਬੀਅਤ ਖਰਾਬ ਹੈ ਅਤੇ ਤੁਹਾਡੀ ਮਿਸਿਜ਼ ਉੱਥੋਂ ਰਿਜ਼ਾਈਨ ਕਰੇ ਨਾ ਬੀਜੇਪੀ ਤੋਂ, ਤੁਸੀਂ ਆਪ ਗੁਰਦੁਆਰਾ ਕਮੇਟੀ ਤੋਂ ਰਿਜ਼ਾਈਨ ਕਰ ਰਹੇ ਹੋ, ਕਿਉਂਕਿ ਅੱਜ ਤੁਹਾਨੂੰ ਨਜ਼ਰ ਆ ਰਿਹਾ ਵੀ ਸਕੂਲਾਂ ਦੀ ਹਾਲਤ ਜਿਹੜੀ ਵੱਧ ਤੋਂ ਬਦਤਰ ਹੋਈ ਜਾ ਰਹੀ ਹੈ, ਤੁਹਾਨੂੰ ਸ਼ਾਇਦ ਇਸ ਤੋਂ ਵੱਧ ਭੱਜਣ ਦਾ ਹੋਰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਜਿਹੜਾ ਤੁਸੀਂ ਰਿਜ਼ਾਈਨ ਕਰ ਰਹੇ ਹੋ। ਅਤੇ ਮੈਂ ਤਾਂ ਇਹੀ ਸਭ ਨੂੰ ਕਹਾਂਗਾ ਵੀ ਜਿਹੜੇ ਵੀ ਕੌਂਸਲਰ ਜਿਹੜੇ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੋਸਟਾਂ ਤੋਂ ਬਾਅਦ ਉਸਦੀ ਸੀੜੀ ਬਣ ਕੇ ਉੱਪਰ ਚੜ੍ਹ ਕੇ ਬੀਜੇਪੀ ਕੋਲੋਂ ਟਿਕਟਾਂ ਲੈ ਕੇ ਇਲੈਕਸ਼ਨ ਲੜੇ ਸੀ, ਉਹਨਾਂ ਸਾਰਿਆਂ ਨੂੰ ਜਿਵੇਂ ਇਹਨਾਂ ਦੇ ਆਕਾਵਾਂ ਨੇ NDA ਨਾਲ ਨਾਤਾ ਤੋੜਿਆ, ਇਹਨਾਂ ਨੂੰ ਵੀ BJP ਤੋਂ ਰਿਜ਼ਾਈਨ ਕਰਕੇ ਜੇ ਇਹਨਾਂ ਦੇ ਅੰਦਰ ਹਿੰਮਤ ਹੈ ਤਾਂ ਮੈਂ ਤਾਂ ਆਉਣ ਵਾਲੀ ਇਲੈਕਸ਼ਨ ਦੁਬਾਰਾ ਇਲੈਕਸ਼ਨ ਲੜ ਕੇ ਜਿੱਤ ਜਾਣਗੇ ਨਾ ਆਪਣੇ ਚੋਣ ਨਿਸ਼ਾਨ 'ਤੇ, ਇਹਨਾਂ ਨੂੰ ਫੌਰਨ ਰਿਜ਼ਾਈਨ ਕਰਨਾ ਚਾਹੀਦਾ। ਅਗਰ ਨਹੀਂ ਕਰਦੇ ਤਾਂ ਇਹਨਾਂ ਦੀਆਂ ਜਿਹੜੀ ਮੈਂਬਰਸ਼ਿਪਾਂ ਨੇ, ਇਹ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬਾਦਲ ਦਲ ਵਾਲੇ ਨੇ ਉਹਨਾਂ ਨੂੰ ਉਹਨਾਂ ਤੋਂ ਖਾਰਜ ਕਰਨਾ ਚਾਹੀਦਾ। ਹੁਣ ਮੈਂ ਸਰ ਹਰਮੀਤ ਸਿੰਘ ਕਾਲਕਾ ਜੀ ਦਾ ਬਿਆਨ ਸੁਣ ਰਿਹਾ ਸਾਂ, ਉਹ ਕਹਿੰਦੇ ਜੀ ਕੁਲਵੰਤ ਸਿੰਘ ਬਾਠ ਜੀ ਤਾਂ ਹੈ ਹੀ BJP ਦੇ ਨੇ, ਅਤੇ ਕੀ ਤੁਸੀਂ BJP RSS ਦੇ ਬੰਦੇ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਰੱਖਿਆ ਹੋਇਆ ਸੀ? ਅੱਛਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੋ ਰਹੀਆਂ ਨੇ, ਕੀ ਆਪ ਜੀ GK ਦੇ ਨਾਲ ਮਿਲ ਕਰਕੇ ਇਲੈਕਸ਼ਨ ਲੜੋਗੇ ਜਾਂ ਫਿਰ ਸਰਨਾ ਦਲ ਜਿਹੜਾ ਉਹ ਇਕੱਲਾ ਹੀ ਇਲੈਕਸ਼ਨ ਲੜੇਗਾ? ਦੇਖੋ ਜੀ, ਐਂ ਤਾਂ ਆਉਣ ਵਾਲਾ ਵਕਤ ਦੱਸੇਗਾ ਕੀ ਹੋਏਗਾ, ਕੀ ਹਾਲਾਤ ਬਣਦੇ ਨੇ। ਔਰ ਅਸੀਂ ਇਹ ਤੁਹਾਨੂੰ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਵਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਹਰ ਹਾਲਤ ਵਿੱਚ ਮਿਲੇਗੀ, ਕਿਉਂਕਿ ਸੰਗਤ ਅੱਜ ਤਰਾਹੀ ਤਰਾਹੀ ਕਰ ਰਹੀ ਹੈ, ਸੰਗਤ ਅੱਜ ਪਰੇਸ਼ਾਨ ਹੈ। ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪਿਛਲੇ ਸਾਲਾਂ ਦੇ ਵਿੱਚ ਘੁਟਾਲੇ ਹੋਏ ਨੇ, ਜੋ ਮੁੱਦਾ ਬਾਲਾ ਸਾਹਿਬ ਦਾ ਬਣਾ ਕੇ ਔਰ ਇਹ ਕਿਹਾ ਗਿਆ ਸੀ ਜੀ ਅਸੀਂ ਬਾਲਾ ਸਾਹਿਬ ਹੋਸਪਿਟਲ ਬਣਾਵਾਂਗੇ ਕਿਉਂਕਿ ਸਰਨਾ ਸਾਹਿਬ ਨੇ ਬਾਲਾ ਸਾਹਿਬ ਹੋਸਪਿਟਲ ਵੇਚ ਦਿੱਤਾ, ਮੈਨੂੰ ਤਾਂ ਇੱਕ ਬੜਾ ਇੱਕ ਮਜ਼ਾਕ ਦਾ ਵਿਸ਼ੇ ਨਜ਼ਰ ਆਉਂਦਾ ਵੀ ਦੇਖੋ ਜੀ ਇਹ ਤਾਂ ਗੱਲ ਜਗ ਜ਼ਾਹਿਰ ਹੈ ਬਈ ਜਿਹੜਾ ਇਹਨਾਂ ਨੇ ਉਸ ਵੇਲੇ ਮੁੱਦਾ ਬਣਾਇਆ ਸੀ ਜੀ ਸਰਨਾ ਸਾਹਿਬ ਨੇ ਹੋਸਪਿਟਲ ਵੇਚ ਦਿੱਤਾ 300 ਕਰੋੜ ਦਾ, ਔਰ ਇਹਨਾਂ ਨੇ ਦੁਬਾਰਾ ਕਿਹਾ ਜੀ ਅਸੀਂ 14 ਕਰੋੜ ਦਾ ਖਰੀਦ ਲਿਆ। ਵੀਰ ਜੀ, ਕਦੀ ਗੁਰੂ ਘਰ ਦੀ ਜ਼ਿਆਦਾ ਤਾਂ ਨਾ ਕੋਈ ਵੇਚ ਸਕਦਾ ਅਤੇ ਨਾ ਕੋਈ ਖਰੀਦ ਸਕਦਾ। ਜੇ ਇਹਨਾਂ ਨੇ 14 ਕਰੋੜ ਦਾ ਖਰੀਦਿਆ, ਮੈਂ ਤਾਂ ਕਈ ਵਾਰੀ ਗੱਲ ਕਹਿ ਚੁੱਕਾ ਵਾਂ ਬਈ ਕਮ ਸੇ ਕਮ ਕੋਈ ਤੁਹਾਡਾ ਐਗਰੀਮੈਂਟ ਹੋਇਆ ਹੋਣਾ, ਐਗਰੀਮੈਂਟ 'ਤੇ ਦਿਖਾਓ, ਚੈੱਕ ਨਾਲ ਪੇਮੈਂਟ ਕੀਤੀ ਹੋਣੀ, ਚੈੱਕ ਨਾਲ ਪੇਮੈਂਟ 'ਤੇ ਦਿਖਾਓ ਕਿਹੜੀ ਕੀਤੀ ਹੈ। ਔਰ ਗੁਰਦੁਆਰਾ ਬੰਗਲਾ ਸਾਹਿਬ ਦੀ ਪਾਰਕਿੰਗ ਦਾ ਮੁੱਦਾ ਇਹਨਾਂ ਨੇ ਉਠਾਇਆ ਸੀ ਜੀ, ਗੁਰਦੁਆਰਾ ਬੰਗਲਾ ਸਾਹਿਬ
ਬਈ ਇੰਨਾ ਵੱਡਾ ਝੂਠ ਕੁਫਰ ਤੋਲ ਕੇ ਤੁਸੀਂ ਸੰਗਤ ਨੂੰ ਗੁੰਮਰਾਹ ਕੀਤਾ ਵੇ। ਅੱਜ ਬੰਗਲਾ ਸਾਹਿਬ ਜਾਂਦੇ ਹਾਂ ਅਸੀਂ ਜਦੋਂ ਤਾਂ ਪਾਰਕਿੰਗ 'ਚ ਇੱਥੇ ਗੱਡੀਆਂ ਖੜੀ ਕਰਨੇ, ਕਿਹੜੀ ਪਾਰਕਿੰਗ ਖਰੀਦ ਲਈ ਹੈ, ਕਿੰਨੇ ਕਿਹੜੀ ਵੇਚ ਲਈ ਹੈ। ਇਹ ਗੁੰਮਰਾਹ ਸੰਗਤ ਹੁਣ ਹੋਣ ਵਾਲੀ ਨਹੀਂ ਹੈ ਜਿਹੜਾ ਇਹਨਾਂ ਨੇ ਪਹਿਲੇ ਗੁੰਮਰਾਹ ਕੀਤਾ। ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਬਈ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਇਹੋ ਜਿਹੇ ਬੰਦੇ ਚੁਣ ਕੇ ਲੈ ਕੇ ਆਓ, ਭਾਵੇਂ ਉਹ ਘਰੋਂ ਰੱਜੇ ਪੁੱਜੇ ਨਾ ਹੋਣ, ਲੇਕਿਨ ਉਹਨਾਂ ਦੀ ਨੀਤਾਂ, ਉਹਨਾਂ ਦੀ ਸੋਚ ਰੱਜੀ ਪੁੱਜੀ ਹੋਣੀ ਚਾਹੀਦੀ ਹੈ। ਇਹੋ ਜਿਹੀ ਸੋਚ ਦੇ ਹੋਵਣ ਕਿ ਗੁਰੂ ਘਰ ਦਾ ਨਾ ਇੱਕ ਰੁਪਿਆ ਖਾਣਾ ਅਤੇ ਨਾ ਕਿਸੇ ਨੂੰ ਖਾਣ ਦੇਣਾ। ਸੋ ਇਹ ਸਨ ਪਰਮਜੀਤ ਸਿੰਘ ਜੀ ਖੁਰਾਨਾ ਜੀ, ਜਿਨ੍ਹਾਂ ਨੇ ਸਿੱਖ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਰੱਖੇ ਨੇ। ਸੋ ਆਪ ਜੀ ਦਾ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਸਾਡੇ ਸਟੂਡੀਓ ਵਿੱਚ ਆ ਕਰਕੇ ਆਪਣੇ ਵਿਚਾਰ ਰੱਖੇ ਨੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਆਪ ਜੀ ਕਾ। ਪ੍ਰਵਾਨ ਫਤਿਹ, ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।